ਹਾਂ ਜੀ, ਸਤਿ ਸ਼੍ਰੀ ਅਕਾਲ ਜੀ। ਆ ਬਾਪੂ ਜੀ ਨਾ ਮੈਨੂੰ ਸ਼ੰਭੂ ਬਾਰਡਰ ਤੇ ਮਿਲੇ ਨੇ, ਜਿੱਥੇ ਆਪਣਾ ਕਿਸਾਨੀ ਅੰਦੋਲਨ ਚੱਲ ਰਿਹਾ। ਤੇ ਬਾਪੂ ਜੀ ਦੀਆਂ ਗੱਲਾਂ ਬਹੁਤ ਕਮਾਲ ਦੀਆਂ ਨੇ। ਤੇ ਬਾਪੂ ਨੇ ਦੱਸਿਆ ਬਾਹਰ ਦੀ ਜ਼ਿੰਦਗੀ, ਜਿਹੜੇ ਆਪਣੇ ਪੰਜਾਬ 'ਚ ਇੱਥੋਂ ਕਿਤੋਂ ਵੀ ਬਾਹਰ ਜਾਂਦੇ ਨੇ ਉਹਨਾਂ ਦੀ ਜ਼ਿੰਦਗੀ ਬਾਰੇ ਦੱਸਿਆ, ਤੇ ਮੈਂ ਸੁਣ ਕੇ ਹੈਰਾਨ ਹੋ ਗਿਆ ਵੀ ਕਿਹੋ ਜਿਹੀ ਜ਼ਿੰਦਗੀ। ਆਪਾਂ ਨੂੰ ਇੱਥੇ ਬੈਠੇ ਵਧੀਆ ਲੱਗਦਾ ਵੀ ਬਹੁਤ ਵਧੀਆ ਜ਼ਿੰਦਗੀ ਹੈ, ਪਰ ਅਸਲ 'ਚ ਉਹਨਾਂ ਦੀ ਜ਼ਿੰਦਗੀ ਇੱਕ ਤਰ੍ਹਾਂ 'ਚ ਕਹਿੰਦੇ ਵੀ ਨਰਕ 'ਚ ਜਿਉ ਰਹੇ ਨੇ ਉਹ। ਆ ਬਾਪੂ ਜੀ 4-5 ਮਹੀਨੇ ਲਾ ਕੇ ਆਏ ਨੇ ਬਾਹਰ, ਇਹਨਾਂ ਦੀ ਫੈਮਿਲੀ ਰਹਿੰਦੀ ਹੈ, ਮੁੰਡਾ ਰਹਿੰਦਾ। ਅਤੇ ਆਹ ਗੱਲਾਂ ਇੱਕ ਵਾਰੀ ਜ਼ਰੂਰ ਗੌਰ ਨਾਲ ਸੁਣਿਓ, ਪੂਰੀ ਵੀਡੀਓ ਸੁਣਿਓ ਇੱਕ ਵਾਰ ਸੁਣ ਕੇ, ਅਤੇ ਜਿਹੜੇ ਤੁਹਾਡੇ ਗਏ ਵੇ ਹੈ ਨਾ ਬਾਹਰ ਰਿਲੇਟਿਵ, ਉਹਨੂੰ ਪੁੱਛ ਕੇ ਵੀ ਦੇਖਿਓ ਇਹੋ ਜਿਹੀ ਜ਼ਿੰਦਗੀ ਹੈ। ਮੈਂ ਕਿਹਾ ਤੁਹਾਡੀ ਰੂਹ ਕੰਬ ਜਾਊਗੀ, ਜਿਹੜੇ ਜੇ ਕੋਈ ਜਾਣ ਦਾ ਸੋਚ ਵੀ ਰਿਹਾ ਨਾ ਉੱਥੇ, ਤਾਂ ਤੁਹਾਡੇ ਕਦਮ ਉੱਥੇ ਰੁਕ ਜਾਣਗੇ। ਆਹ ਪਹਿਲਾਂ ਇੱਕ ਵਾਰੀ ਵੀਡੀਓ ਜ਼ਰੂਰ ਸੁਣਿਓ। ਬਾਪੂ ਜੀ ਪਰਿਵਾਰ 'ਚ ਕੌਣ ਕੌਣ ਹੈ ਜੀ? 2 ਮੇਰੇ ਬੇਟੇ ਆ ਜੀ, 2 ਬੇਟੀਆਂ, ਇੱਕ ਬੇਟਾ ਅਤੇ ਬੇਟੀ ਬਾਹਰ ਆ, ਇੱਕ ਬੇਟੀ ਅਤੇ ਬੇਟਾ ਇੱਥੇ ਖੇਤੀ ਕਰਦਾ। ਬਾਹਰ ਵਾਲੇ ਮਤਲਬ ਜਿਹੜੇ ਬੱਚੇ ਉਹਨਾਂ ਦੀ ਕਿਵੇਂ ਜ਼ਿੰਦਗੀ ਹੈ, ਕਿਵੇਂ ਦੇਖਦੇ ਜ਼ਿੰਦਗੀ ਜੀ? ਪੈਸੇ ਸਤਾਏ ਹੋਏ ਗੌਰਮੈਂਟਾਂ ਦੇ ਸਤਾਏ ਗਏ ਆ, ਜ਼ਿੰਦਗੀ ਜ਼ਿੰਦਗੀ ਤਾਂ ਪੰਜਾਬ ਵਾਲੀ ਨਾਲ ਦੀ ਹੈ ਨਹੀਂ। ਤੜਕੇ 3-5 ਵਜੇ ਉੱਠ ਕੇ ਕੰਮ 'ਤੇ ਜਾਂਦੀ ਹੈ ਨੂੰਹ ਮੇਰੀ, ਅਤੇ 2 ਵਜੇ ਉੱਥੋਂ ਕੰਮ ਤੋਂ ਆਊਟ ਹੁੰਦੀ ਹੈ, ਸਿੱਧੀ ਸਕੂਲ ਆਉਂਦੀ। 5 ਮਿੰਟ ਕਈ ਵਾਰ ਲੇਟ ਹੋ ਜਾਂਦੀ ਤਾਂ ਬੱਚੇ ਅਗਲੇ ਕਹਿੰਦੇ ਕਿਉਂ ਨਹੀਂ ਟਾਈਮ 'ਤੇ ਆ ਕੇ ਚੱਕਦੇ ਆਪਦੇ ਬੱਚੇ। ਫਿਰ ਉੱਥੇ ਬੱਚਿਆਂ ਨੂੰ ਗੇਮ 'ਚ ਲੈ ਕੇ ਜਾਣਾ ਹੁੰਦਾ, 6 ਵਜੇ ਘਰ ਵੜਦੇ ਆ, 6 ਵਜੇ ਆ ਕੇ ਰੋਟੀ ਪਕਾਉਣ ਦਾ ਟਾਈਮ ਹੋਵੇ ਤਾਂ ਪਕਾ ਲੈਣੀ, ਰਾਹ 'ਚ ਬੱਚਿਆਂ ਨੂੰ ਖਵਾ ਕੇ ਲਿਆਉਂਦੇ ਆ। ਇਹੋ ਜਿਹੀ ਜ਼ਿੰਦਗੀ ਹੈ, ਜ਼ਿੰਦਗੀ ਪੰਜਾਬ ਦੀ ਆ ਜੀ, ਬਾਹਰ ਜ਼ਿੰਦਗੀ ਜ਼ਿੰਦਗੀ ਕੋਈ ਨਹੀਂ, ਪੈਸਾ ਜ਼ਰੂਰ ਆ। ਤੁਸੀਂ ਗਏ ਹੋ ਬਾਹਰ ਕਦੇ? ਮੈਂ 5 ਮਹੀਨੇ ਲਾ ਕੇ ਆਇਆ, ਪਹਿਲਾਂ 14 'ਚ ਲਾ ਕੇ ਆਏ, 4-5 ਮਹੀਨੇ ਹੁਣ, ਹੁਣ 5 ਮਹੀਨੇ ਹੁਣ ਲਾ ਕੇ ਆਇਆ। ਤੁਹਾਨੂੰ ਕਿਵੇਂ ਦਾ ਲੱਗਿਆ ਉੱਥੇ ਮਾਹੌਲ? ਮੈਨੂੰ ਤਾਂ ਜੀ ਪੰਜਾਬ ਵਰਗਾ ਨਹੀਂ ਲੱਗਿਆ ਮੈਨੂੰ ਤਾਂ। ਮੈਂ ਤਾਂ ਮਸਾਂ ਦਿਨ ਕੱਢੇ 5 ਮਹੀਨੇ। ਅੱਛਾ ਜੀ, ਹਾਂ ਮੈਂ ਕੀ ਗੱਲ ਹੋਈ ਉੱਥੇ? ਮੇਰੇ ਕੁੜਮ ਦੀ ਡੈਥ ਹੋ ਗਈ ਜੀ 20 ਦਿਨ ਪਹਿਲਾਂ, ਅਤੇ ਇੱਥੇ ਮੈਨੂੰ ਪੈ ਗਿਆ ਦੌਰਾ ਜਿਹਾ, ਅਤੇ ਮੈਨੂੰ ਤਾਂ ਡਰ ਹੀ ਇੰਨਾ ਲੱਗਿਆ। ਮੈਂ ਉਹਦੀ ਲਾਸ਼ 8-9 ਦਿਨ ਤਾਂ ਅਸੀਂ ਮਸਾਂ ਮਿਹਨਤਾਂ ਕਰਕੇ ਸਤਿਕਾਰ ਕੀਤਾ, ਸਿਫਾਰਸਾਂ ਪਾ ਕੇ। ਮੈਂ ਕਿਹਾ ਇੱਥੇ ਮਰ ਗਏ ਤਾਂ ਇੱਥੇ ਤਾਂ ਮਰਨਾ ਹੀ ਮਾੜਾ, ਇਹਦੇ ਤਾਂ ਦੇਸ਼ ਹੀ ਚੱਲ ਗਿਆ। ਮੈਂ ਕਿਹਾ ਆਪਦੇ ਬੱਚੇ ਨੂੰ ਕਿਹਾ ਮੈਨੂੰ ਤਾਂ ਟਾਈਟਲ ਲੈ ਦੇ, ਅਤੇ ਮੈਂ ਤਾਂ ਪਿੰਡ ਜਾਣਾ। ਉਹਨੇ ਮੈਨੂੰ ਅਗਲੇ ਦਿਨ ਟਾਈਟਲ ਲੈ ਦੀ, ਨਾਲ ਹੀ ਆਪ ਲੈ ਲਈ। ਫਿਰ ਮੈਂ ਕਿਹਾ ਮੈਂ ਪਿੰਡ ਪਹੁੰਚੂਗਾ, ਉਹ ਮਲੇਸ਼ੀਆ ਤੋਂ ਮੁੜ ਕੇ ਗਿਆ ਸਾਨੂੰ ਚੜਾ ਕੇ। ਮੈਂ ਤਾਂ ਡਰਿਆ ਹੋਇਆ ਉੱਥੇ ਉੱਠਿਆ ਵੀ ਇੱਥੇ ਤਾਂ ਮਰਨਾ ਵੀ ਮਾੜਾ, ਇੱਥੇ ਤਾਂ 10 ਇੱਥੇ ਮਰ ਗਏ ਤਾਂ 500 ਬੰਦਾ ਮਗਰ ਜਾਂਦਾ, ਉੱਥੇ ਤਾਂ ਪੁੱਛਦਾ ਹੀ ਕੋਈ ਨਹੀਂ, ਲਾਸ਼ ਵੀ ਨਹੀਂ ਦਿੰਦੇ ਮਰੇ ਦੀ ਲਾਸ਼ ਵੀ ਉੱਥੇ ਰੁੜੀ, 3-3 ਮਹੀਨੇ ਰੁੜੀ ਜਾਂਦੀਆਂ। ਲਾਸ਼ ਰੁੜਦੀ ਕੀ ਚੱਕਰ ਹੁੰਦਾ ਇਹਨਾਂ ਦੇ? ਆਪਣੇ ਤਾਂ 4 ਵਜੇ ਆਪਣੇ ਤੋਂ ਬੱਚੇ ਪੈਸੇ ਪੂਸੇ ਇਕੱਠੇ ਕਰਦੇ, ਜਿਹਦੇ ਕੋਲ ਨਹੀਂ ਵੀ ਹੈ ਗੋਰੇ ਤਾਂ ਪੈਸੇ ਇਕੱਠੇ, ਉਹਨਾਂ ਦੇ ਕੋਲ ਪੈਸਾ ਹੀ ਨਹੀਂ ਹੁੰਦਾ ਤਾਂ ਲਾਸ਼ ਲੈਣ ਹੀ ਨਹੀਂ ਜਾਂਦੇ, 2-2 ਮਹੀਨੇ ਢੇਰ ਲੱਗੇ ਪਏ ਲਾਸ਼ਾਂ ਦੇ ਉੱਥੇ। ਹਾਲਾਤ ਮੈਂ ਵੇਖਿਆ, ਪੰਜਾਬ ਨਾਲ ਦੀ ਜ਼ਿੰਦਗੀ ਕਿਤੇ ਹੈ ਨਹੀਂ ਗੀ। 1 ਜੀ ਕੰਮ ਕਰਦਾ ਤਾਂ 8 ਜੀ ਰੋਟੀ ਖਾਈ ਜਾਂਦੇ ਆਪਾਂ ਤਾਂ, ਉੱਥੇ ਦਾ ਜੇ ਨਾ 2 ਦਿਨ ਕੰਮ 'ਤੇ ਜਾਂ ਰੋਟੀ ਦਾ ਹੀ ਫਿਕਰ ਆ। ਨਹੀਂ ਲਾਸ਼ਾਂ ਦੇ ਢੇਰ ਕਿਵੇਂ ਲੱਗੇ ਮਤਲਬ? ਲਾਸ਼ਾਂ ਜਦ ਮੌਤਾਂ ਹੋਈ ਜਾਂਦੀਆਂ, ਉਹਨਾਂ ਨੂੰ ਜਗ੍ਹਾ ਮੁੱਲ ਲੈਣੀ ਪੈਂਦੀ ਹੈ, ਜਗ੍ਹਾ ਲੈਣ ਨੂੰ ਪੈਸੇ ਨਹੀਂ ਹੁੰਦੇ ਗੋਰਿਆਂ ਕੋਲੇ, ਪੈਸਾ ਨਾਲ ਦੀ ਨਾਲ ਖਾਈ ਜਾਂਦੇ। 2-2 ਮਹੀਨੇ ਲਾਸ਼ ਲੈਣ ਨਹੀਂ ਜਾਂਦੇ ਆਪਣੇ ਤਾਂ, ਲੋਕ ਕਹਿੰਦੇ ਸਾਨੂੰ ਲਾਸ਼ ਛੇਤੀ ਮਿਲੇ ਸਤਿਕਾਰ ਕਰਨਾ, ਉਹ ਤਾਂ 2-2 ਮਹੀਨੇ ਲੈਣ ਨਹੀਂ ਜਾਂਦੇ। ਨਹੀਂ ਮਤਲਬ ਜਿਹੜਾ ਇੱਥੋਂ ਜਾਂਦਾ ਆਪਣੇ ਪੰਜਾਬ ਤੋਂ, ਉਹਦਾ ਕੋਈ ਮਰ ਗਿਆ ਘਰ ਦਾ ਤਾਂ ਉਹਨੂੰ ਫਿਰ ਜਗ੍ਹਾ ਲੈਣੀ ਪਊਗੀ ਉਹਨੂੰ ਸੰਸਕਾਰ ਕਰਨ ਲਈ? ਨਹੀਂ ਜੀ, ਜਿਹੜੇ ਗੋਰੇ ਲੋਕ ਜਿਹੜੇ ਕਬਰਾਂ 'ਚ ਦੱਬਦੇ ਉਹਨਾਂ ਨੂੰ ਲੈਣੀ ਪੈਂਦੀ ਹੈ, ਆਪਾਂ ਤਾਂ ਸੰਸਕਾਰ ਕਰਦੇ ਹਾਂ, ਆਪਾਂ ਨੂੰ ਜਗ੍ਹਾ ਨਹੀਂ ਲੈਣੀ ਪੈਂਦੀ। ਆਪਾਂ ਤਾਂ ਸੰਸਕਾਰ ਦਾ ₹10,500 ਲੱਗਦਾ, ਦਸ ਹਜ਼ਾਰ ਡਾਲਰ ਲੱਗਦਾ ਆਪਣਾ ਵੀ ਇੱਥੇ, 5 ਲੱਖ ਰੁਪਈਆ 5.25 ਲੱਖ ਲੱਗਦਾ ਸੰਸਕਾਰ, ਸੰਸਕਾਰ ਦਾ ਭੋਗ ਭਾਗ ਤੋਂ ਬਿਨਾਂ ਉੱਥੇ ਹੀ। ਹਾਂਜੀ, ਇਹੋ ਜਿਹਾ ਕਿਵੇਂ ਕੀ ਗੱਲ ਕਿਵੇਂ ਕਰਦੇ? ਬਸ ਉਹਨਾਂ ਨੇ ਰੱਖਣਾ ਰੱਖਣਾ ਹੁੰਦਾ, ਉਹ ਕਿਰਾਇਆ ਕਰੂਆ ਪਾ ਦਿੰਦੇ ਆ, ਲੱਕੜਾਂ ਦਾ ਸਤਿਕਾਰ ਕਰਦਾ,
ਪੰਜ ਸਵਾ 5 ਲੱਖ ਰੁਪਈਆ, 5.5 ਲੱਖ ਰੁਪਈਆ ਲੱਗ ਜਾਂਦਾ ਇਹ ਜੁਆਇੰਟ ਕਰਦਾ ਆਰਾਮ ਨਾਲ ਸੰਸਕਾਰ ਤੇ। ਇੱਕ ਬੰਦੇ ਦਾ ਸੰਸਕਾਰ ਕਰਨ ਦੇ ਉੱਤੇ 5-5.5 ਲੱਖ ਲੱਗ ਜਾਂਦਾ। ਹਾਂ ਤੇ ਗੁਰਦੁਆਰੇ ਦੇ ਲੰਗਰ ਪਾਣੀ ਕਰਨਾ ਹੁੰਦਾ ਉਹ ਰਾਸ਼ਨ ਪਾਣੀ ਦੇਈਦਾ, 5 ਲੱਖ ਦਾ ਉਹ ਬਿੱਲ ਬਣਾ ਦਿੰਦੇ ਆਪਦਾ ਪਾਠ ਪੂਠ ਦਾ। 10 ਲੱਖ ਤੇ 10,500 ਡਾਲਰ ਸਾਡਾ ਲੱਗਿਆ ਸੰਸਕਾਰ ਕਰਨ ਦਾ, ਉੱਥੇ ਮੇਰਾ ਆਪਦਾ ਕੁੜਮ ਮਰਿਆ। ਇੱਥੋਂ ਪੰਜਾਬ ਦੇ ਕਿੰਨੇ ਬਣਨਗੇ ਫਿਰ? ਪੰਜਾਬ ਤਾਂ 10-5 ਲੱਖ ਰੁਪਈਆ ਬਣ ਜਾਣਾ। ਫਿਰ ਤਾਂ ਉੱਥੇ ਲਾਸਾਂ ਐਂ ਰੁਲ ਜਾਂਦੀਆਂ ਹੁਣ ਬਹੁਤ, ਗੋਰਿਆਂ ਦੀਆਂ ਤਾਂ ਐਵੇਂ ਰੁਲਦੀਆਂ ਜੀ, ਆਪਣੇ ਤਾਂ 2 ਵਜੇ ਕਰ ਦਿੰਦੇ ਆ, ਆਪਣੇ ਤਾਂ ਕਿਸੇ ਦਾ ਜਿਹਦਾ ਨਹੀਂ ਵੀ ਕੋਲ ਪੈਸੇ ਉਹਦੇ ਹੈਲਪ ਕਰ ਦਿੰਦੇ ਆਪਣੇ ਲੋਕ, ਉਹ ਅਖਬਾਰ 'ਚ ਕਢਾਉਂਦਾ ਮੇਰੇ ਕੋਲ ਪੈਸੇ ਨਹੀਂ, ਸਵੇਰ ਨੂੰ ਉਹਦੇ ਖਾਤੇ 'ਚ ਪੈਸੇ ਪਾ ਦਿੰਦੇ ਆ। ਅਤੇ ਬਾਹਰ ਕਿਵੇਂ ਕੰਮ ਕਾਰ ਕਿਵੇਂ ਉੱਥੇ ਦਾ? ਕੰਮ ਕਾਰ ਹੈਗਾ ਜੀ, ਕੰਮ ਕਾਰ ਜਿਹਨਾਂ ਨਹੀਂ ਮਿਲਦਾ ਕੱਚਿਆਂ ਨੂੰ ਤਾਂ ਹੈ ਹੀ ਨਹੀਂਗਾ, ਜੇ ਪੱਕੇ ਬੰਦੇ ਹੈਗੇ ਆ ਉਹਨਾਂ ਨੂੰ ਕੰਮ ਕਾਰ ਹੈਗਾ, ਪਰ ਖਿਆਈ ਬਹੁਤ ਆ। ਜੇ ਤੁਸੀਂ ਚਾਪ ਚੜਿਆ ਬਿਮਾਰ ਆ ਤਾਂ ਵੀ ਤੁਸੀਂ ਜਾਣਾ ਹੀ ਜਾਣਾ, ਜੇ ਨਹੀਂ ਗਏ ਤਾਂ ਇਹ ਨਹੀਂ ਪਤਾ ਵੀ ਸਵੇਰ ਨੂੰ ਤੁਹਾਨੂੰ ਕੰਮ ਤੋਂ ਹਟਾ ਦੇਣ। ਜ਼ਿੰਦਗੀ ਕੋਈ ਨਹੀਂ, ਇਹ ਤਾਂ ਨਹੀਂ ਵੀ ਆਪਾਂ ਚੱਲੇ ਹਾਂ ਅਤੇ ਘਰੇ ਪਏ, ਅੱਜ ਨਹੀਂ ਜਾਂਦੇ ਕੰਮ 'ਤੇ, ਨਹੀਂ ਸਹੀ, ਇਹ ਗੱਲ ਹੈ ਨਹੀਂ, ਬਸ ਸਾਰਾ ਦਿਨ ਕੰਮ 8ਵੇਂ ਦਿਨ ਜਾ ਕੇ ਬੱਚਿਆਂ ਨੂੰ ਅਤੇ ਘਰ ਵਾਲੀ ਨੂੰ ਬੰਦਾ ਮਿਲਦਾ ਨਹੀਂ, ਤਾਂ ਜੇ ਘਰ ਵਾਲੀ ਉੱਠ ਗਈ, ਘਰ ਵਾਲੀ ਜਦੋਂ ਘਰੇ ਆਈ ਉਦੋਂ ਆਪ ਉੱਠ ਜਾਣਾ, 8ਵੇਂ ਦਿਨ ਜਾ ਕੇ ਕਿਤੇ ਦੋਵੇਂ ਜੀ ਇਕੱਠੇ ਹੁੰਦੇ, ਨਹੀਂ ਤਾਂ ਵਾਰੀ ਵੱਜੀ ਰਹਿੰਦੀ, ਕਿਤੇ ਉਹ ਕਰੇ ਕਿਤੇ ਉਹ ਦੁਆ ਕਰੇ, ਆਹ ਹਾਲਾਤ ਆ ਉੱਥੇ ਕੰਮਾਂ ਕਾਰਾਂ ਦਾ। ਫਿਰ ਬੱਚੇ ਬੱਚੇ ਸਕੂਲ ਛੱਡ, ਜਿਹੜਾ ਘਰੇ ਆਉਂਦਾ ਵਾਰੀ ਨਾਲ ਛੱਡ ਆਉਂਦਾ, ਦੁਆ ਲੈ ਆਉਂਦਾ, ਆਹ ਹਾਲ ਬੱਚਿਆਂ ਦਾ, ਬੱਚਿਆਂ ਦੀ ਵੀ ਕਿਸਮਤ ਮਾੜੀ ਹੈ, ਬੁੱਢਿਆਂ ਦੀ ਵੀ ਮਾੜੀ ਹੈ, ਬੁੱਢਿਆਂ ਦੇ ਘਰੇ ਬੈਠੇ ਰਹਿਣਾ, ਉਹਨਾਂ ਨੂੰ ਕੋਈ ਬਣਾਉਣ ਵਾਲਾ ਨਹੀਂ, ਬੱਚਿਆਂ ਨੂੰ ਵਿਚਾਰਿਆਂ ਨੂੰ ਸਾਂਭਣ ਵਾਲਾ ਨਹੀਂ ਕੋਈ। 5 ਮਹੀਨੇ ਲਾ ਕੇ ਮੈਂ ਤਾਂ ਭੱਜਿਆ, ਮੇਰੇ ਕੋਲ ਵੀਜ਼ਾ ਦੇ 7-8 ਮਹੀਨੇ ਦਾ ਹੋਰ ਸੀ, ਮੈਂ ਅੱਗੋਂ ਭੱਜਿਆ। ਮੇਰੇ ਹਿਸਾਬ ਨਾਲ ਪੰਜਾਬ ਵਧੀਆ, ਉੱਥੇ ਪੈਸੇ ਕਮਾਉਣ ਵਾਲੇ ਨੂੰ ਉੱਥੇ ਵਧੀਆ ਹੋਊਗਾ, ਪਰ ਰਹਿਣ ਨੂੰ ਪੰਜਾਬ ਵਧੀਆ। ਨਾ ਵੀ ਕੋਈ ਕੰਮ ਕਰੇ, ਇੱਕ ਬੰਦਾ ਆਪਣੇ ਇੱਕ ਬੱਚਾ ਕਮਾਈ ਕਰਦਾ ਅਤੇ 8 ਜੀ ਘਰੇ ਰੋਟੀ ਖਾਈ ਜਾਂਦੇ ਵਿਹਲੇ, ਉੱਥੇ ਇੱਕ ਇੱਕ ਬੰਦਾ ਵਿਹਲਾ ਨਹੀਂ, ਰੋਟੀ ਨਹੀਂ ਦੇ ਸਕਦੇ ਆਪਾਂ ਇੱਕ ਨੂੰ, ਸਕੇ ਭਰਾ ਨੂੰ ਜਾਂ ਸਕੀ ਭੈਣ ਨੂੰ ਰੋਟੀ ਨਹੀਂ ਦੇ ਸਕਦਾ, ਕੋਈ ਮਹੀਨਾ ਕਹੂਗਾ ਆਪਦਾ ਕੰਮ ਕਰ। ਇਹੋ ਜਿਹਾ ਕੀ ਚੱਕਰ ਹੈ? ਇਹੋ ਜਿਹਾ ਕੀ ਚੱਕਰ, ਮਹਿੰਗਾਈ ਇੰਨੀ ਹੈ, ਜਿਹੜਾ ਕੰਮ ਨਹੀਂ ਕਰਦਾ ਤਾਂ ਰੋਟੀ ਖਾ ਨਹੀਂ ਸਕਦਾ। ਅੱਛਾ, ਬਾਹਰ ਮਹਿੰਗਾਈ ਬਹੁਤ ਹੈ? ਬਹੁਤ ਮਹਿੰਗਾਈ ਹੈ। ਅੱਛਾ ਜੀ, ਹਰ ਚੀਜ਼ ਮੁੱਲ ਦੀ, ਪਾਣੀ ਤੋਂ ਲਾ ਕੇ ਹਰ ਚੀਜ਼ ਮੁੱਲ ਦੀ ਹੈ।